ਸਤਿ ਸ਼੍ਰੀ ਅਕਾਲ, ਵੈਲਕਮ ਟੂ ਬਲੇਬਰ ਟ੍ਰੀਵੋ। ਮੈਂ ਹਾਂ ਜਤਿੰਦਰ ਸਿੰਘ। ਕੈਨੇਡਾ ਟੂਰਿਸਟ ਵੀਜ਼ਾ ਅੱਜ ਦੀ ਡੇਟ 'ਚ ਅਪਲਾਈ ਕਰ ਰਹੇ ਹੋ ਅਤੇ ਬਾਇਓਮੈਟ੍ਰਿਕ ਤੋਂ ਬਾਅਦ ਕੀ ਸਪੀਡ ਚੱਲ ਰਹੀ ਹੈ, ਕਿੰਨੀ ਜਲਦੀ ਵੀਜ਼ਾਜ਼ ਆ ਰਹੇ ਹੈ, ਰਿਜ਼ਲਟ ਕਿੰਨੇ ਟਾਈਮ ਬਾਅਦ ਆ ਰਿਹਾ, ਅੱਜ ਦੀ ਵੀਡੀਓ 'ਚ ਆਪਾਂ ਇਹਦੇ 'ਤੇ ਗੱਲ ਕਰਨ ਵਾਲੇ ਹਾਂ। ਸਭ ਤੋਂ ਪਹਿਲਾਂ ਇਹ ਗੱਲ ਯਾਦ ਰੱਖੋ ਕਿ ਜੇ ਤੁਸੀਂ ਕੈਨੇਡਾ ਦਾ ਟੂਰਿਸਟ ਵੀਜ਼ਾ ਅਪਲਾਈ ਕਰਨ ਜਾ ਰਹੇ ਹੋ, ਜੇ ਤਾਂ ਤੁਹਾਡੇ ਬਾਇਓਮੈਟ੍ਰਿਕ ਪਹਿਲਾਂ ਹੋਏ ਹੋਏ ਨੇ, ਦੈਨ ਕੀ ਹੁੰਦਾ ਕਿ ਜਿਵੇਂ ਤੁਹਾਡੀ ਫਾਈਲ ਲਾਂਚ ਹੁੰਦੀ ਹੈ, ਵਿਦ ਇਨ 24 ਆਵਰ ਤੋਂ ਲੈ ਕੇ 48 ਆਵਰ ਦੇ ਵਿੱਚ ਤੁਹਾਡੇ ਬਾਇਓਮੈਟ੍ਰਿਕ ਆਟੋਮੈਟਿਕ ਉੱਥੇ ਅਪਡੇਟ ਹੋ ਜਾਂਦੇ ਆ, ਤੁਹਾਡਾ ਪ੍ਰੋਸੈਸ ਸਟਾਰਟ ਹੋ ਜਾਂਦਾ। ਬਟ ਜੇ ਤੁਸੀਂ ਬਾਇਓਮੈਟ੍ਰਿਕ ਪਹਿਲਾਂ ਨਹੀਂ ਦਿੱਤੇ ਹੋਏ ਅਤੇ ਜਦੋਂ ਤੁਸੀਂ ਬਾਇਓਮੈਟ੍ਰਿਕ ਦੇ ਕੇ ਹੁੰਦੇ ਹੋ, ਉਸ ਤੋਂ ਬਾਅਦ 24 ਆਵਰ ਜਾਂ 48 ਆਵਰ ਦੇ ਵਿੱਚ ਬਾਇਓਮੈਟ੍ਰਿਕ ਜਿਹੜੇ ਅਪਡੇਟ ਹੋ ਜਾਂਦੇ ਆ। ਅਤੇ ਜਿਨ੍ਹਾਂ ਦੀ ਫਰੈਸ਼ ਐਪਲੀਕੇਸ਼ਨ ਲੱਗ ਰਹੀ ਹੈ, ਯਾਨੀ ਕਿ ਪਹਿਲੀ ਵਾਰ ਐਪਲੀਕੇਸ਼ਨ ਲੱਗ ਰਹੀ ਹੈ, ਉਹਨਾਂ ਦੇ 4 ਤੋਂ 5 ਦਿਨ ਐਕਸਟਰਾ ਲੱਗ ਰਹੇ ਨੇ। ਅਤੇ ਜਿਨ੍ਹਾਂ ਦੀ ਐਪਲੀਕੇਸ਼ਨ ਆਲਰੇਡੀ ਪਹਿਲਾਂ ਲੱਗੀ ਹੋਈ ਹੈ, ਯਾਨੀ ਕਿ ਪਹਿਲਾਂ ਰਿਫਿਊਜ਼ ਨੇ ਅਤੇ ਉਹ ਦੁਬਾਰਾ ਰੀਅਪਲਾਈ ਕਰ ਰਹੇ ਆ, ਬਾਇਓਮੈਟ੍ਰਿਕ ਉਹਨਾਂ ਦੇ ਨਹੀਂ ਹੋਣੇ, ਉਸ ਕੇਸ ਦੇ ਵਿੱਚ ਥੋੜ੍ਹਾ ਜਿਹਾ ਫਾਸਟ ਹੈ, ਯਾਨੀ ਉਹ 4 ਤੋਂ 5 ਦਿਨ ਉਹਨਾਂ ਦੇ ਬਚ ਜਾਂਦੇ ਨੇ। ਅਤੇ ਇਸ ਟਾਈਮ ਜੋ ਰਿਜ਼ਲਟ ਆ ਰਹੇ ਨੇ, ਬਹੁਤ ਵਧੀਆ ਸਪੀਡ ਹੈ, ਯਾਨੀ ਕਿ ਜਦੋਂ ਵੀ ਤੁਹਾਡੇ ਬਾਇਓਮੈਟ੍ਰਿਕ ਅਪਡੇਟ ਹੁੰਦੇ ਨੇ ਉੱਥੇ, ਉਸ ਤੋਂ ਬਾਅਦ 15 ਵਰਕਿੰਗ ਡੇਜ਼ ਆਲਮੋਸਟ ਦੇ ਵਿੱਚ ਤੁਹਾਡਾ ਵੀਜ਼ਾ ਰਿਜ਼ਲਟ ਆ ਰਿਹਾ। ਵਰਕਿੰਗ ਡੇਜ਼ ਦਾ ਮਤਲਬ ਇੱਥੇ ਹੁੰਦਾ ਕਿ ਤੁਹਾਡਾ ਵੀਕਐਂਡ ਉਹਦੇ ਵਿੱਚ ਨਹੀਂ ਗਿਣਿਆ ਜਾਂਦਾ, ਜਿਹੜਾ ਸੈਟਰਡੇ ਅਤੇ ਸੰਡੇ ਹੁੰਦਾ, ਯਾਨੀ ਕਿ ਇੱਕ ਵੀਕ ਦੇ ਵਿੱਚ 5 ਵਰਕਿੰਗ ਡੇਜ਼ ਹੁੰਦੇ ਆ। ਤੁਸੀਂ ਕਹਿ ਸਕਦੇ ਹੋ ਕਿ 3 ਹਫ਼ਤਿਆਂ ਦੇ ਵਿੱਚ ਆਲਮੋਸਟ ਵੀਜ਼ਾ ਆ ਰਿਹਾ, ਅਤੇ ਜੇ ਤੁਸੀਂ ਵੀਕਐਂਡ ਮਿਲਾ ਕੇ ਗੱਲ ਕਰਦੇ ਹੋ ਤਾਂ ਆਲਮੋਸਟ 20 ਡੇਜ਼ ਵੀ ਉਹਨੂੰ ਕਹਿ ਸਕਦੇ ਹੋ। ਅਤੇ ਇਸ ਟਾਈਮ ਰਿਜ਼ਲਟ ਕਾਫੀ ਵਧੀਆ ਚੱਲ ਰਹੇ ਨੇ। ਰਿਫਿਊਜ਼ਲ ਤੋਂ ਬਾਅਦ ਜਿਹੜੀ ਐਪਲੀਕੇਸ਼ਨ ਅਪਲਾਈ ਹੋ ਰਹੀਆਂ ਨੇ, ਉਹਨਾਂ ਦੇ ਵੀਜ਼ਾ ਰਿਜ਼ਲਟ ਵੀ ਵਧੀਆ ਆ ਰਹੇ ਨੇ, ਅਤੇ ਇਸ ਟਾਈਮ ਪ੍ਰੋਸੈਸ ਜਿਹੜਾ ਕਾਫੀ ਫਾਸਟ ਹੋ ਚੁੱਕਿਆ। ਬਟ ਜਿਹੜੀਆਂ ਐਪਲੀਕੇਸ਼ਨ ਹੁਣ ਇਹ ਕਹਿ ਸਕਦੇ ਹਾਂ ਕਿ ਜਿਹੜੀਆਂ ਐਪਲੀਕੇਸ਼ਨ ਦਸੰਬਰ ਮੰਥ ਦੇ ਵਿੱਚ ਲੱਗੀਆਂ ਨੇ, ਉਹਨਾਂ ਨੂੰ ਹੋ ਸਕਦਾ ਕਿ 4 ਤੋਂ 5 ਦਿਨ ਐਕਸਟਰਾ ਹੋਰ ਜ਼ਿਆਦਾ ਵੇਟ ਕਰਨਾ ਪੈ ਸਕਦਾ। ਉਹਦਾ ਰੀਜ਼ਨ ਹੈ ਕਿ ਕ੍ਰਿਸਮਿਸ ਦੀਆਂ ਜਿਹੜੀਆਂ ਛੁੱਟੀਆਂ ਉਹਦੇ ਵਿੱਚ ਰਹੀਆਂ ਨੇ, ਅਤੇ ਨਾਲ ਹੀ ਜਿਹੜੇ ਨਿਊ ਈਅਰ ਦੀਆਂ ਛੁੱਟੀਆਂ ਰਹੀਆਂ ਨੇ, ਇਸ ਕਰਕੇ ਉਹਨਾਂ ਦਾ ਰਿਜ਼ਲਟ ਹੋ ਸਕਦਾ ਕਿ 2-4 ਦਿਨ ਹੋਰ ਲੇਟ ਆਵੇ। ਬਟ ਮੈਕਸੀਮਮ ਜਿਹੜੇ ਪਹਿਲਾਂ ਐਪਲੀਕੇਸ਼ਨ ਲੱਗੀਆਂ ਹੋਈਆਂ ਨੇ, ਉਹਨਾਂ ਦੇ ਜੋ ਰਿਜ਼ਲਟ ਆ ਰਹੇ ਨੇ ਉਹ ਆਲਮੋਸਟ 20 ਵਰਕਿੰਗ ਡੇਜ਼ ਦੇ ਵਿੱਚ ਜਾਂ 15 ਵਰਕਿੰਗ ਡੇਜ਼ ਦੇ ਵਿੱਚ ਆ ਰਹੇ ਨੇ, ਅਤੇ ਮੈਕਸੀਮਮ ਰਿਜ਼ਲਟ ਬਹੁਤ ਜਲਦੀ ਆ ਰਹੇ ਨੇ। ਅਤੇ ਕੋਈ ਕੋਈ ਐਪਲੀਕੇਸ਼ਨ ਦੇ ਵਿੱਚ ਡਿਲੇ ਵੀ ਹੋ ਰਹੀਆਂ ਨੇ, ਅਤੇ ਜਿਹੜੀਆਂ ਐਪਲੀਕੇਸ਼ਨ ਕਹਿ ਸਕਦੇ ਹੋ ਕਿ 1.5 ਤੋਂ 2 ਮਹੀਨੇ ਵੀ ਲੱਗ ਰਹੇ ਨੇ, ਬਟ ਬਹੁਤ ਵਿਰਲੀ ਐਪਲੀਕੇਸ਼ਨ ਹੈ। ਮੀਨਸ ਕਹਿ ਸਕਦੇ ਹੋ ਕਿ 1000 ਵਿੱਚੋਂ ਕੋਈ 1 ਅੱਧੀ ਐਪਲੀਕੇਸ਼ਨ ਜੋ ਡਿਲੇ ਹੋ ਜਾਏ। ਮੈਕਸੀਮਮ ਐਪਲੀਕੇਸ਼ਨ ਦਾ ਰਿਜ਼ਲਟ ਵਿਦ ਇਨ 15 ਟੂ 20 ਵਰਕਿੰਗ ਡੇਜ਼ ਕੰਪਲੀਟ ਹੋ ਰਿਹਾ। ਅਤੇ ਹੁਣ ਵੀ ਜੇ ਤੁਸੀਂ ਐਪਲੀਕੇਸ਼ਨ ਅਪਲਾਈ ਕਰਦੇ ਹੋ ਤਾਂ ਉਮੀਦ ਹੈ ਕਿ ਤੁਹਾਡਾ ਵੀਜ਼ਾ ਰਿਜ਼ਲਟ ਜਿਹੜਾ 15 ਟੂ 20 ਵਰਕਿੰਗ ਡੇਜ਼ ਦੇ ਵਿੱਚ ਆ ਸਕਦਾ ਬਾਇਓਮੈਟ੍ਰਿਕ ਅਪਡੇਟ ਹੋਣ ਤੋਂ ਬਾਅਦ। ਅਤੇ ਮਿਲਦੇ ਹਾਂ ਫਿਰ ਇੱਕ ਨਵੀਂ ਵੀਡੀਓ 'ਚ ਨਵੀਂ ਇਨਫੋਰਮੇਸ਼ਨ ਦੇ ਨਾਲ। ਸਤਿ ਸ਼੍ਰੀ ਅਕਾਲ।